ਚੱਲੇ ਆ ਹੁਣ ਡਿਨਰ ਤੇ ਸਨੇਹ ਮੋਨ ਜਾਂ ਫਾਈਬਰ ਰਿਵਰ ਜਗਰਾਓ ਤੇ ਬਾਕੀ ਦੇਖਦੇ ਆ ਪ੍ਰਨੀਤ ਗਰਨੀਤ ਹੋਣੀ ਜਾਂ ਰਿਸ਼ਪਾਲ ਕਿੱਦਾਂ ਕਹਿੰਦੇ ਆ ਵੀ ਕਿੱਧਰ ਜਾਣਾ ਵਾ ਤੇ ਕਈ ਦਿਨ ਹੋ ਗਏ ਸੀ ਕਹਿੰਦੇ ਨੂੰ ਕਹਿੰਦੇ ਜਾਣਾ ਵਾ ਡਿਨਰ ਤੇ ਚੱਲਦੇ ਆ ਫਿਰ ਅੱਜ ਖਾਵਾਂਗੇ ਬਾਹਰਲਾ ਖਾਣਾ ਵੈਸੇ ਕਹਿੰਦੇ ਮਾੜਾ ਹੁੰਦਾ ਪਰ ਕਿਤੇ ਕਿਤਾਈ ਚੱਲ ਜਾਂਦਾ ਵਾ ਤੇ ਚੱਲਦੇ ਆ ਫਿਰ ਆਪਣੇ ਜਗਰਾਓ ਤੇ ਦਿਖਾਉਂਦੇ ਆ ਫਿਰ ਤੁਹਾਨੂੰ ਕਿਵੇਂ ਉੱਥੇ ਕੀ ਕੁਝ ਕੀਤਾ ਅੱਜ ਸਹਿ ਸਾਹਿਬ ਹੋਣਾ ਨੇ ਕੱਢਦੇ ਆ ਗੱਡੀ ਫਿਰ ਤੇ ਮੌਸਮ ਵੀ ਵਿਗੜਿਆ ਜਿਹਾ ਹੋਇਆ ਵਾ ਕਣਕਾਂ ਪੱਕੀਆਂ ਹੋਈਆਂ ਵਾ ਤੇ ਮੌਸਮ ਦੇਖ ਸਕਦੇ ਹਾਂ ਕਿਵੇਂ ਆ ਕਸਮਸਾ ਜਿਹਾ ਵਾ ਦੋ ਦਿਨ ਹੋ ਗਏ ਆ ਤੇ ਬੱਦਲਬਾਜ਼ੀ ਪੂਰੀ ਆ ਗੱਡੀ ਕੱਢਦੇ ਆ ਬਾਹਰ ਹੁਣ ਤੇ ਗਰਮ ਹੋਜੂ ਉਦ ਤੱਕ ਤੇ ਹਜੇ ਸਹਿ ਸਹਿ ਵੀ ਆਏ ਨੀਗੇ ਤੇ ਗੱਡੀ ਸਟਾਰਟ ਕਰ ਲੈਂਦੇ ਹਾਂ ਉਦੋਂ ਤੱਕ ਗੱਡੀ 'ਤੇ ਕੱਪੜਾ ਮਾਰਦੇ ਹਾਂ ਅਤੇ ਉਦੋਂ ਨੂੰ ਗੱਡੀ ਗਰਮ ਹੋਜੂ ਨਾਲੇ ਫਿਰ ਸਹਿ ਸਾਹਿਬ ਹੁਣੀ ਆ ਜਾਣਗੇ ਝਾੜਨ ਵਾਲੀ ਸੀਗੀ ਗੱਡੀ ਗਰਦਾ ਜਿਹਾ ਕਾਫੀ ਪੈ ਜਾਂਦਾ ਵਾ ਜਦੋਂ ਹਵਾ ਚੱਲਦੀ ਹੈ ਗਰਨੀਤ ਹੋ ਕੇ ਆ ਗਈ ਆ ਤਿਆਰ ਸਾਰਿਆਂ ਤੋਂ ਪਹਿਲਾਂ ਅਤੇ ਆਉਂਦੇ ਆ ਸਹਿ ਸਾਹਿਬ ਹੁਣੇ ਵੀ ਮਗਰ ਅਤੇ ਕਰਦੇ ਹਾਂ ਗੱਲਬਾਤ ਉਹਦੇ ਨਾਲ ਫਿਰ ਦੇਖ ਸਕਦੇ ਹਾਂ ਸਹਿਬ ਸਿੰਘ ਵੀ ਆ ਗਿਆ ਅਤੇ ਕਰਦੇ ਹਾਂ ਗੱਲਬਾਤ ਇਹਨਾਂ ਨੂੰ ਪੁੱਛਦੇ ਹਾਂ ਕਿੱਥੇ ਜਾਣਾ ਆਪੋ ਆਪਣੀ ਜਗ੍ਹਾ 'ਤੇ ਬੈਠ ਕੇ ਆ ਕੇ ਸਹਿਬ ਅਤੇ ਸਾਹਿਬ ਅਤੇ ਪੁੱਛਦੇ ਇਹਨਾਂ ਨੂੰ ਫਿਰ ਵੀ ਕਿੱਧਰ ਨੂੰ ਚੱਲੇ ਆ ਇਹ ਸਹਿਬ ਸਾਹਿਬ ਹੁਣੀ ਹੋ ਗਿਆ ਤਿਆਰ ਅਤੇ ਸਹਿਬ ਸਾਹਿਬ ਨੂੰ ਪੁੱਛਦੇ ਹਾਂ ਅਤੇ ਸਹਿਜ ਹੈ ਹੈਗਾ ਪਿੱਛੇ ਹਾਂ ਵੀ ਸਹਿਬ ਸਾਹਿਬ ਕੀ ਕਰਦੇ ਆ ਬਈ ਸਤਿ ਸ਼੍ਰੀ ਅਕਾਲ ਬੁਲਾਓ ਪਹਿਲਾਂ ਸਾਰਿਆਂ ਨੂੰ ਹਾਂਜੀ ਅਤੇ ਕਿੱਥੇ ਚੱਲੇ ਆ ਫਿਰ ਅੱਜ ਬਈ ਕਿਹਦੇ ਬਾਅਦ ਘੁੰਮਣ ਚੱਲੇ ਆ ਬਈ ਤੇ ਸਾਹਿਬ ਸਿੰਘ ਚ ਕਹਿੰਦਾ ਚੱਲੇ ਆ ਵਿਆਹ ਤੇ ਸਾਹਿਬ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਵਿਆਹ ਤੇ ਨਹੀਂ ਜਾਣਾ ਆਪਾਂ ਤੇ ਤੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਵਿਆਹ ਤੇ ਨਹੀਂ ਜਾਣਾ ਜੂਣਾ ਆਪਾਂ ਘੁੰਮਣ ਜਾਣਾ ਬਈ ਗੋਲ ਗੋਲ ਘੁੰਮ ਲਓ ਇੱਥੇ ਗੋਲ ਗੋਲ ਘੁੰਮ ਲਓ ਬਈ ਕਿਉਂ ਅਸੀਂ ਗੋਲ ਗੋਲ ਘੁੰਮ ਲਓ ਨਹੀਂ ਕੀ ਖਾਣਾ ਫਿਰ ਤੂੰ ਅੱਜ ਫਰੂਟੀ ਤੇ ਇੱਥੇ ਹੀ ਲੈ ਆਉਂਦੇ ਫਰੂਟੀ ਤਾਂ ਘਰੇ ਤੂੰ ਕੀ ਖਾਣਾ ਪੀਜ਼ਾ ਤੇ ਤੂੰ ਕਰਨੀ ਤਾਂ ਮੈਂ ਪੀਜ਼ਾ ਤੇ ਫਰਾਈਆਂ ਪੀਜ਼ਾ ਤੇ ਫਰਾਈਆਂ ਨੀਨੂ ਖਾਇਆ ਬਸ ਇੱਥੇ ਮਗਾ ਦਿੰਦੇ ਆਪਾਂ ਘਰ ਨੂੰ ਨੀਨੀ ਕਰਦੇ ਆ ਨਹੀਂ ਉੱਥੇ ਖਾਣਾ ਉੱਥੇ ਖਾਣਾ ਚਲੋ ਠੀਕ ਆ ਫਿਰ ਚੱਲਦੇ ਆ ਸਹਿ ਸਾਹਿਬ ਹੁਣੀ ਰਿਸ਼ਪਾਲ ਅਤੇ ਗੁਰਨੀਤ ਪ੍ਰਨੀਤ ਪਹੁੰਚ ਗਿਆ ਗੱਡੀ 'ਚ ਅਤੇ ਚੱਲਦੇ ਹਾਂ ਫਿਰ ਜਗਰਾਓ ਦੇਖਦੇ ਹਾਂ ਫਿਰ ਕਿੱਧਰ ਜਾਣਾ ਵਾ ਹਾਂ ਵੀ ਕਿੱਧਰ ਜਾਣਾ ਫਿਰ ਘੁੰਮਣ ਤਾਂ ਜਾਣਾ ਜਾਣਾ ਕਿੱਥੇ ਆਪਾਂ ਸਨੇਹ ਮੋਨ ਪੱਕੀ ਗੱਲ ਆ ਕੀ ਕਰਨ ਚੱਲੇ ਅੱਜ ਆਪਾਂ ਡਿਨਰ ਕਰ ਆ ਗਿਆ ਸਨੇਹ ਮੋਨ ਆਪਣੇ ਮੰਡੀ ਦੇ ਨਾਲ ਜਗਰਾਓ ਆ ਇਹ ਰੈਸਟੋਰੈਂਟ ਤੇ ਵਧੀਆ ਵਾ ਖਾਣ ਪੀਣ ਲਈ ਤੇ ਬਾਕੀ ਸਾਈਲੈਂਟ ਜਿਹਾ ਵਾ ਅੰਦਰੋਂ ਸ਼ੋਰ ਸ਼ਰਾਬਾ ਜਿਹਾ ਹੈ ਨਹੀਂ ਗਾ ਜ਼ਿਆਦਾ ਇਹਦੇ ਅਤੇ ਚੱਲਦੇ ਆ ਫਿਰ ਅੰਦਰ ਇਹਦੇ ਅਤੇ ਦੇਖਦੇ ਹਾਂ ਸਹਿਬ ਸਾਹਿਬ ਹੁਣੀ ਕੀ ਖਾਂਦੇ ਆ ਕੀ ਕਰਦੇ ਆ ਐਂਟਰ ਹੋ ਗਏ ਹਾਂ ਅਤੇ ਸਹਿਬ ਸਾਹਿਬ ਹੁਣੀ ਲੱਗ ਗਏ ਪਹਿਲਾਂ ਗੇਮਾਂ ਕਰਨ ਦੇਖ ਸਕਦੇ ਹਾਂ ਰਿਸ਼ਪਾਲ ਵੀ ਫਾਇਦਾ ਲੈ ਰਹੀ ਆ ਟਾਈਮ ਦਾ ਪੂਰਾ ਇੱਧਰ ਗੁਰਨੀਤ ਅਤੇ ਪ੍ਰਨੀਤ ਸਹਿਬ ਸਾਹਿਬ ਹੁਣੀ ਲੱਗ ਗਿਆ ਸਲਾਈਡਿੰਗ ਕਰਨ ਅਤੇ ਸੀਸਾ 'ਤੇ ਲੱਗਿਆ ਛੋਟੇ ਬੱਚੇ ਆ ਇਹ ਵੀ ਪ੍ਰਨੀਤ ਅਤੇ ਗੁਰਨੀਤ
ਇੱਧਰ ਵੱਡੇ ਬੱਚੇ ਆ ਗਏ ਅਤੇ ਇੱਥੇ ਲਾਉਣਗੇ 10 ਮਿੰਟ ਹੁਣ ਇਹਨਾਂ ਨੂੰ ਜ਼ਰੂਰੀ ਆ ਖੇਡਣਾ ਜਦੋਂ ਵੀ ਆਉਣਾ ਇਹਨਾਂ ਨੂੰ ਖਾਣ ਦਾ ਨਹੀਂ ਹੁੰਦਾ ਸਹਿਬ ਸਾਹਿਬ ਹੁਣਾਂ ਨੂੰ ਜਿੰਨਾ ਇੱਥੇ ਖੇਡਣ ਦਾ ਹੁੰਦਾ ਵਾ ਘਰ ਵੀ ਟ੍ਰਿਪਲਿਨ 'ਤੇ ਇਹਨਾਂ ਨੇ ਸਾਰਾ ਦਿਨ ਲੱਗੇ ਹੀ ਰਹਿਣਾ ਵਾ ਜੰਪਿੰਗ ਕਰਨ ਜਾਂ ਸਾਈਕਲਿੰਗ ਕਰਨੀ ਆ ਅਤੇ ਜਾਣੀ ਕੁਛ ਨਾ ਕੁਛ ਕਰਦੇ ਹੀ ਰਹਿਣਾ ਸਾਰਾ ਦਿਨ ਮਨਚੂਰੀਅਨ ਚੱਲ ਜੂ ਮਨਚੂਰੀਅਨ ਸਪਾਈਸੀ ਹੁੰਦਾ ਦੇਖ ਲਓ ਫਿਰ ਠੀਕ ਹੈ ਪਹਿਲੇ ਦੋ ਕਰ ਦੋ ਸਾਹਿਬ ਸਿੰਘ ਗੁਰਨੀਤ ਨਾਲ ਚੱਲਿਆ ਫਿਰ ਬਾਹਰ ਜੰਪਿੰਗ ਕਰਨ ਅਤੇ ਜਿੰਨਾ ਟਾਈਮ ਆਰਡਰ ਨਹੀਂ ਆਉਂਦਾ ਫਿਰ ਜਾ ਬਾਹਰ ਜਾਊਗਾ ਖੇਡਣ ਅਤੇ ਸਾਹਿਬ ਸਿੰਘ ਅੰਦਰ ਹੀ ਆ ਪਰਨੀਤ ਵੀ ਅੰਦਰ ਹੀ ਆ ਅਤੇ ਆਰਡਰ ਦੇਤਾ ਵਾ ਲੱਗਣਗੇ ਹੁਣ 10-15 ਮਿੰਟ ਸਾਹਿਬ ਸਿੰਘ ਰੱਜ ਗਏ ਬਸ ਫਰਾਈਆਂ ਖਾਣੀਆਂ ਨੀ ਬਸ ਤੂੰ ਗੰਦਾ ਬੱਚਾ ਬਾਈ ਪਿੱਛੇ ਹੋ ਕੇ ਬਹਿ ਗਿਆ ਤੂੰ ਤਾਂ ਸਾਹਿਬ ਸਿੰਘ ਤੂੰ ਸਾਹਿਬ ਸਿੰਘ ਰੱਜ ਗਏ ਚੱਲੀਏ ਕਾਹਨੂੰ ਨਹੀਂ ਅੱਛਾ ਕੀ ਖਾਣਾ ਪੈਣਾ ਆਦੇ ਪਾਏ ਕਿੰਨੇ ਖਾਓ ਫਿਰ ਕਿਉਂ ਨਹੀਂ ਖਾਣਾ ਕਿਉਂ ਫਿਰ ਆਪਾਂ ਉਹਨਾਂ ਟਾਈਮ ਘਰ ਨੂੰ ਨਹੀਂ ਜਾਣਾ ਆ ਗਏ ਹਾਂ ਬਾਹਰ ਡਿਨਰ ਕਰਕੇ ਆ ਗਏ ਹਾਂ ਬਾਹਰ ਡਿਨਰ ਕਰਕੇ ਦੇਖ ਸਕਦੇ ਹਾਂ ਰੇਸ ਲੱਗੀ ਹੋਈ ਆ ਪੂਰੀ ਵੀ ਜਿਹੜੇ 5-4 ਮਿੰਟ ਆ ਵੀ ਫਿਰ ਖੇਡ ਲਈਏ ਅਤੇ ਹਨੇਰਾ ਕਾਫੀ ਹੋ ਗਿਆ ਵਾ ਚੱਲਦੇ ਹਾਂ ਫਿਰ ਘਰ ਨੂੰ ਹੁਣ ਅਤੇ ਕੇਰਾਂ ਲਾਉਣਗੇ ਕੇਰਾਂ ਫਿਰ ਝੁੱਟੀ ਇੱਥੇ ਸਹਿਬ ਸਾਹਿਬ ਹੋਣੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਵਾਲਾ ਬਟਨ ਦੱਬਣਾ ਨਹੀਂ ਭੁੱਲਣਾ ਤਾਂ ਕਿ ਤੁਹਾਨੂੰ ਹੋਰ ਵੀ ਨਵੀਆਂ ਨਵੀਆਂ ਵੀਡੀਓ ਮਿਲਦੀਆਂ ਰਹਿਣ ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਹਾਂ ਨਵੀਂ ਵੀਡੀਓ ਲੈ ਕੇ